ਬੀਬੀਆਂ ਨੇ ਜ਼ਹਿਰਾਂ ਘੋਲ ਲਈਆਂ ਆਪਣੀਆਂ ਰਾਣਿਆਂ ਨੇ ਵੀ ਅਸੀਂ ਪੀ ਕੇ ਮਰ ਜਾਣਾ ਬੰਦੇ ਇਹਨਾਂ ਦੇ ਹੱਥੋਂ ਨਹੀਂ ਮਰਨਾ। ਸਾਰਾ ਦਿਨ ਹਮਲਾ ਚੱਲਦੀ ਗਿਆ ਜਾਣੀ ਕਿ ਹਿੰਦੂ ਜਿਹੜੇ ਆ ਨਾ ਪਿੰਡ 'ਚ ਬਣ ਨਹੀਂ ਦਿੱਤੇ, ਉਹਨਾਂ ਦਾ ਬਹੁਤ ਰਸ਼ ਸੀਗਾ, ਬਹੁਤ ਜ਼ੋਰ ਸੀਗਾ ਹਿੰਦੂਆਂ ਦਾ। ਉਦੋਂ ਨਿਕਾਹ ਇੱਦਾਂ ਹੀ ਸੀ, ਚੁਆਰੇ ਪੜ ਕੇ ਸਾਡੇ ਪੀਰਾਂ ਨੇ ਕਰਾ ਦਿੱਤੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਜਿਵੇਂ ਤੁਸੀਂ ਜਾਣਦੇ ਹੋ, ਪੰਜਾਬੀ ਲਹਿਰ ਚੈਨਲ ਦੇ ਰਾਹੀਂ ਅਸੀਂ ਉਹਨਾਂ ਲੋਕਾਂ ਦੀਆਂ ਕਹਾਣੀਆਂ ਜਿਨ੍ਹਾਂ ਵੰਡ ਵੇਖੀ, ਪੁਰਾਣੇ ਬਜ਼ੁਰਗ ਨੂੰ ਉਜਾੜੇ ਵੀ ਕਹਿੰਦੇ ਨੇ, ਉਹ ਤਾਰੀਖ ਦੀਆਂ ਸੱਚੀਆਂ ਗੱਲਾਂ, ਉਹ ਹਿਸਟਰੀ ਦੀਆਂ ਸੱਚੀਆਂ ਗੱਲਾਂ ਜਿਹੜੀਆਂ ਸਾਨੂੰ ਕਿਸੇ ਕਿਤਾਬ 'ਚੋਂ ਪੜ੍ਹਨ ਨੂੰ ਨਹੀਂ ਮਿਲਦੀਆਂ। ਸੋ ਇਹਨਾਂ ਸੱਚੇ ਸੁੱਚੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਆਪ ਬੀਤੀਆਂ ਤੁਹਾਡੇ ਤੱਕ ਸ਼ੇਅਰ ਕਰੀਦੀਆਂ ਕਿ ਆਜ਼ਾਦੀ ਤੋਂ ਪਹਿਲਾਂ ਜਿਹਨੂੰ ਆਪਾਂ ਪਾਰਟੀਸ਼ਨ ਵੀ ਕਹਿੰਦੇ ਹਾਂ, ਇਹ ਬਜ਼ੁਰਗ ਉਜਾੜੇ ਕਹਿੰਦੇ ਨੇ, ਕਿਸ ਤਰ੍ਹਾਂ ਲੋਕ ਰਹਿੰਦੇ ਸੀ, ਵਾਸਤੇ ਸੀ ਦੋਵੇਂ ਤਿੰਨ ਚਾਰੇ ਕਮਿਊਨਿਟੀਆਂ ਇਕੱਠੇ ਸਨ, ਫਿਰ ਪਾਰਟੀਸ਼ਨ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਬਣੇ, ਫਿਰ ਉਸ ਤੋਂ ਬਾਅਦ ਹੁਣ ਤੱਕ ਉਹਨਾਂ ਦੀ ਜ਼ਿੰਦਗੀ ਉਹਨਾਂ ਨੇ ਕਿਸ ਤਰ੍ਹਾਂ ਬਿਤਾਈ, ਆਪਣੇ ਪਿਛਲੇ ਪਿੰਡਾਂ ਨੂੰ ਯਾਦ ਕਰਦੇ ਹੋਏ, ਆਪਣੇ ਉਹ ਉਹਨਾਂ ਯਾਰਾਂ ਦੋਸਤਾਂ ਨੂੰ ਯਾਦ ਕਰਦੇ ਹੋਏ ਜਿਹੜੇ ਇਹਨਾਂ ਤੋਂ ਵਿਛੜ ਗਏ। ਸੋ ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਲੈ ਕੇ ਅਸੀਂ ਸ਼ਹਿਬਾਜ਼ਪੁਰ ਪਹੁੰਚੇ ਹਾਂ, 60 ਜੀਵੇਂ ਸ਼ਹਿਬਾਜ਼ਪੁਰ, ਫੈਸਲਾਬਾਦ ਦੇ ਨਜ਼ਦੀਕੀ ਸ਼ਹਿਰ ਹੈ, ਇਹਦੇ ਵਿੱਚ ਪਹੁੰਚੇ। ਇੱਥੋਂ ਸਾਡੇ ਨਾਲ ਬਜ਼ੁਰਗ ਨੇ ਜਿਹੜੇ ਸੜੋਏ ਤੋਂ ਉੱਠ ਕੇ ਆਏ ਨੇ ਮਾਂ ਜੀ, ਉਹਨਾਂ ਨਾਲ ਅੱਜ ਦੀ ਗੱਲਬਾਤ ਕਰਨੀ ਹੈ ਕਿ ਉਹਨਾਂ ਦੀ ਆਪ ਬੀਤੀ, ਉਹਨਾਂ ਦੀ ਹੱਡ ਬੀਤੀ, ਉਹਨਾਂ ਦੀ ਉਹ ਕਹਾਣੀ, ਉਹ ਵੰਡ ਦੀ ਕਹਾਣੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ। ਸੋ ਚੱਲਦੇ ਆਪਾਂ ਮਾਂ ਜੀ ਨੂੰ ਮਿਲਦੇ ਹਾਂ ਅਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸਲਾਮ ਵਾਲੇਕੁਮ। ਇੰਨੇ ਪਿੰਡਾਂ ਦਾ ਮੈਨੂੰ ਯਾਦ ਹੋ ਸਕਦਾ। ਚਾਰ ਪੰਜ ਸੀ ਸਾਡਾ ਪਿੰਡ, 20 ਪਿੰਡਾਂ ਤੋਂ ਦੁਨੀਆਂ ਸਬਦਾ ਲੈਣਾ ਆਉਂਦੀ ਸੀ। ਹਾਂਜੀ, ਏਡਾ ਵੱਡਾ ਪਿੰਡ ਸੀ, 20 ਪਿੰਡਾਂ ਤੋਂ ਦੁਨੀਆਂ ਆਉਂਦੀ ਸੀ ਸਬਦੇ ਲੈਣ। ਬਾਜ਼ਾਰ ਸੀਗਾ ਇੱਥੋਂ ਲਾ ਕੇ, ਜਿੱਦਾਂ ਬੰਗਦੇ ਨੂੰ ਚੱਲੀ ਹੈ, ਇੱਕ ਐਂ ਮੁੜ ਜਾਂਦਾ ਸੀ ਅਤੇ ਇੱਕ ਐਂ ਮੁੜ ਜਾਂਦਾ ਸੀ। ਅੱਛਾ, ਆਹ ਹੱਟਾਂ ਵਾਲੇ ਜਿਹੜੇ ਆ, ਇਹਨਾਂ ਦੇ ਘਰ ਦੇ ਕੋਲ ਤਾਂ ਘੱਟ ਹੀ ਚੜ੍ਹਦੀ ਸੀ, ਲਾਗੇ ਮਿੱਠਾ ਖੂਹ ਆਉਂਦਾ ਸੀ, ਅੱਗੇ ਲਸ਼ਕਰੀ ਡਾਕਟਰ ਹੁੰਦਾ ਸੀ, ਉਹਦੀ ਦੁਕਾਨ ਹੁੰਦੀ ਸੀ, ਗਾਂਹ ਫਿਰ ਬਾਜ਼ਾਰ ਦੇ ਵਿੱਚ ਦੀਨਾਨਾਥ ਹੁੰਦਾ ਸੀ, ਉਹਦੇ ਅੱਡ ਅੱਡੇ ਡੂਮਣੇ ਲੱਗੇ ਹੁੰਦੇ ਅਤੇ ਕੱਪੜੇ ਦੀਆਂ ਦੁਕਾਨਾਂ ਸੀ ਉਹਨਾਂ ਦੀਆਂ। ਅੱਛਾ ਅੱਛਾ, ਦੀਨਾਨਾਥ ਜੀ। ਹਾਂਜੀ, ਕੱਪੜੇ ਦੀ, ਹੁਣ ਉਹਨਾਂ ਦੇ ਬੱਚੇ ਬੁੱਚੇ ਹੋਣਗੇ, ਕੱਪੜੇ ਦੀ ਦੁਕਾਨ ਸੀ। ਵਾਹਵਾ ਮਤਲਬ ਸਾਡਾ ਸ਼ਹਿਰ ਸੀਗਾ ਪੂਰਾ, ਹਰ ਚੀਜ਼ ਮਿਲਦੀ ਸੀ ਉੱਥੋਂ। ਕੀ ਨਾਂ ਸੀ ਤੁਹਾਡੇ ਅੱਬਾ ਜੀ ਦਾ? ਮੇਰੇ ਅੱਬਾ ਜੀ ਨਾਲ ਬਾਬੂ। ਬਾਬੂ, ਹਾਂਜੀ। ਅਤੇ ਤੁਹਾਡੇ ਚਾਚੇ ਚੁੱਚੇ ਵੀ ਹੈਗੇ ਸੀ? ਚਾਚਾ ਮੇਰਾ ਕੋਈ ਨਾ ਸੀ, ਇੱਕੋ ਇਕੱਲਾ ਇਕੱਲਾ ਸਾਡਾ ਬਾਪ ਸੀ, ਦੋ ਅਸੀਂ ਭੈਣਾਂ ਸੀ, ਇੱਕ ਸਾਡੀ ਅੰਮੀ ਸੀ ਬਸ। ਅੱਛਾ ਅੱਛਾ, ਮਾਂ ਜੀ ਦਾ ਕੀ ਨਾਂ? ਰਹਿਮਤੇ। ਸਾਡੇ ਵਾਰਸ ਬਣੇ ਸੀ ਸਾਡੀ ਫੁੱਫੀ ਦੇ ਪੁੱਤ, ਉਹਨਾਂ ਨੇ ਸਾਨੂੰ ਫਿਰ ਸਾਡਾ ਵਿਆਹ ਛੋਟੇ ਛੋਟੀਆਂ ਦਾ ਜ਼ਮਾਨੇ 'ਚ ਕਰ ਦਿੰਦੇ ਸੀ। ਸਾਡੇ ਪੀਰ ਕਸ਼ਾਇਦ ਸਾਹਿਬ ਨੇ ਸਾਡਾ ਨਿਕਾਹ ਪੜਿਆ ਹਿੰਦੁਸਤਾਨ 'ਚ, ਯਾਨੀ ਕਿ ਛੋਟੇ ਛੋਟੇ ਬੱਚਿਆਂ ਦਾ ਕਰ ਦਿੰਦੇ ਸੀ ਪਿਛਲੇ ਜ਼ਮਾਨਿਆਂ 'ਚ।
लागे साडे ना मशीन सी नाज दी सैफ होना दी एक साडा बुजुर्ग जिहड़ा उत्थे शहीद किया उस मशीन से असि उन्हें कहते आ चलीए जिते दुनिया चली असी भी चली तू सी भी चल कहिंदा मैं नहीं जाना मैं इत्थे रहना तुसा हुणे जाके मुड़े आना उन्होंने पहला उन्हें शहीद किया। अच्छा पांच शेखां तुहाडे घर सी ते बाकी किहड़े किहड़े सी घर? बाकी हिंदुआं दे सी लागे लागे अपने धीरां दे सीगे सिखां हिंदुआं दे ब्राह्मणां दे सीगे पिंड दे विच हिंदू बहुत सीगे। मजीद खां सूबेदार अपने पिंड लश्करी दुकान आला नानके खेड़ी बैठे जानी के उना चो कोई नहीं आन दिता एक वो मेरा बनोई आया वो भी उन्होंने घर दो छड़ गए बाकी उन्होंने लाइन दवा के सब पढ़ सकते शहीद कर दिता। बाकी साडा खानदान सारा खैरी चला गया। अच्छा किस किस तरह आए फिर पिंड जदों तुहानू उठाया? पिंड चों 6 बजे साडे पिंड च हमला पिया सुबह हमला पिया सारा दिन हमला चलदी गया जानी के हिंदू जिहड़े आ ना पिंड च बल नहीं दित्ते उन्हां दा बहुत रश सीगा बहुत जोर सीगा हिंदुआं दा उह पिंड च नहीं बल दित्ते जिहड़े अपने पिंड दे बंदे सी ना सूबेदार मजीद खां सीगा उन्हां ने ਇੱਦਾਂ ਹੀ ਘੇਰਾ ਰੱਖਿਆ ਪਿੰਡ ਦੇ ਆਲੇ ਦੁਆਲੇ ਬੰਦੂਕਾਂ ਲੈ ਕੇ ਜਿਹੜੇ ਸਿੱਖ ਸੀਗੇ ਉਹ ਅੰਦਰ ਨੂੰ ਆਉਂਦੇ ਸੀ ਇਹ ਬਾਹਰ ਨੂੰ ਕੱਢਦੇ ਸੀ ਉਹਨਾਂ ਨੇ ਪਿੰਡ 'ਚ ਨਾ ਬਣ ਬੀਬੀਆਂ ਨੇ ਜ਼ਹਿਰਾਂ ਘੋਲ ਲਈਆਂ ਆਪਣੀਆਂ ਰਾਣਿਆਂ ਨੇ ਵੀ ਅਸੀਂ ਪੀ ਕੇ ਮਰ ਜਾਣਾ ਬੰਦੇ ਇਹਨਾਂ ਦੇ ਹੱਥੋਂ ਨਹੀਂ ਮਰਨਾ ਪੱਕਾ ਕੰਮ ਹੋ ਗਿਆ ਸੀ ਫਿਰ ਅੱਡਾ ਵੱਲੋਂ ਹੀ ਆਪਣੇ ਪਿੰਡ ਦਾ ਹੀ ਆਪਣੇ ਅਜਮਲ ਖਾਂ ਅਤੇ ਉਹਦਾ ਭਰਾ ਥਾਣੇਦਾਰ ਇਹ ਦੋਵੇਂ ਭਾਈ ਆ ਗਏ ਸ਼ੰਕਰ ਤੋਂ ਮਿੰਟ ਦੀ ਲੱਗਦਾ ਕਿ ਹਾਂਜੀ ਉਹ ਫਿਰ ਜਦੋਂ ਆਏ ਇੱਦਾਂ ਹੁਣ ਕੱਚੀ ਹੈ ਆਉਣ ਮੂਹਰੇ ਇੱਥੇ ਸਿਰ ਦਿਨ ਵੱਢ ਕੇ ਡਾਲੇ ਮੂਹਰੇ ਲੰਘਣ ਨਹੀਂ ਦਿੰਦੇ ਸੀ ਸਿੱਖ ਜਿਹੜੇ ਵੀ ਮੁਸਲਮਾਨਾਂ ਦੀ ਹਮਦਰਦੀ ਕਰਨ ਆਏ